ਵੱਖਵਾਦੀ ਜਥੇਬੰਦੀ ਦਲ ਖਾਲਸਾ ਅਤੇ ਅਕਾਲੀ ਦਲ ਅੰਮ੍ਰਿਤਸਰ ਨੇ ਅੱਜ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਧੰਨਵਾਦ ਕੀਤਾ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆਪਣੇ ਜਲਾਵਤਨ ਸਾਥੀ ਦੀ ਸਿਹਤਯਾਬੀ ਲਈ ਅਰਦਾਸ ਵੀ ਕੀਤੀ ਹੈ, ਜਿਸ ਦੇ ਵਿੱਚ ਦਲ ਖਾਲਸਾ ਦੇ ਵਰਕਰਾਂ ਅਤੇ ਹੋਰਨਾਂ ਜ਼ਿਲ੍ਹਿਆਂ ਦੇ ਆਗੂਆਂ ਨੇ ਵੀ ਸ਼ਿਰਕਤ ਕੀਤੀ। ਉਹਨਾਂ ਸਿੰਘਾਂ ਦੀ ਅਰਦਾਸ ਕੀਤੀ ਗਈ ਜਿਹੜੇ ਬੇਵਤਨੇ ਨੇ, ਜਲਾਵਤਨ ਨੇ, ਜਿਹੜੇ ਆਪਣੀ ਕੌਮ ਦਾ ਘਰ ਖਾਲਿਸਤਾਨ ਬਣਾਉਣ ਲਈ ਲੰਮੇ ਸਮੇਂ ਤੋਂ ਵਿਦੇਸ਼ਾਂ ਦੀ ਧਰਤੀ 'ਤੇ ਰਹਿ ਰਹੇ ਨੇ ਔਰ ਉਹ ਸਟੇਟਲੈਸ ਪਰਸਨਸ ਨੇ, ਉਹਨਾਂ ਦੀ ਤੰਦਰੁਸਤੀ ਅਤੇ ਉਹਨਾਂ ਦੀ ਚੜ੍ਹਦੀ ਕਲਾ ਲਈ ਕੀਤੀ ਗਈ ਹੈ। ਉਹਨਾਂ ਦੇ ਲਈ ਵੀ ਕੀਤੀ ਗਈ ਹੈ ਜਿਹੜੇ ਖਾਲਿਸਤਾਨ ਦੇ ਲਈ ਲੜਦੇ ਹੋਏ ਇੰਡੀਆ ਦੀਆਂ ਜੇਲ੍ਹਾਂ ਦੇ ਵਿੱਚ ਲੰਮੇ ਸਮੇਂ ਤੋਂ ਕੈਦ ਨੇ, ਔਰ ਉਹਨਾਂ ਲਈ ਵੀ ਕੀਤੀ ਗਈ ਹੈ ਜਿਹੜੇ ਹਾਲ ਹੀ ਵਿੱਚ ਕੈਦ ਹੋਏ ਨੇ। ਉਹਨਾਂ ਸਿੰਘਾਂ ਦੀ ਯਾਦ ਦੇ ਵਿੱਚ ਅਰਦਾਸ ਕੀਤੀ ਗਈ ਹੈ ਜਿਹੜੇ ਪਿਛਲੇ 30 ਸਾਲਾਂ 'ਚ ਫਰਜ਼ੀ ਮੁਕਾਬਲਿਆਂ ਦੇ ਵਿੱਚ ਮਾਰੇ ਗਏ ਸਨ ਅਤੇ ਜਿਹੜੇ ਹੁਣ ਬਹੁਤ ਹੀ ਰੀਸੈਂਟਲੀ ਨੇੜਲੇ ਭਵਿੱਖ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਅਤੇ ਭਾਈ ਹਰਦੀਪ ਸਿੰਘ ਨਿੱਜਰ ਦੀ ਯਾਦ ਵਿੱਚ ਵੀ ਅਰਦਾਸ ਕੀਤੀ ਗਈ ਹੈ। ਬੰਦੀ ਅਤੇ ਜਿਹੜੇ ਸ਼ਹੀਦ ਹੋਏ ਨੇ ਜਿਨ੍ਹਾਂ ਨੂੰ ਸਰਕਾਰ ਨੇ ਐਕਸਟਰਾ ਜੁਡੀਸ਼ਲ ਤਰੀਕੇ ਨਾਲ ਗੈਰ ਨਿਆਇਕ ਅਤੇ ਗੈਰ ਕਾਨੂੰਨੀ ਢੰਗ ਨਾਲ ਮਾਰਿਆ, ਉਹਨਾਂ ਦੀ ਯਾਦ ਦੇ ਵਿੱਚ ਇਹ ਅੱਜ ਸਮਾਗਮ ਹੈ, ਈਵੈਂਟ ਹੈ, ਇਹ ਦਲ ਖਾਲਸਾ ਵੱਲੋਂ ਆਯੋਜਿਤ ਕੀਤਾ ਗਿਆ ਸਮਾਗਮ ਹੈ, ਜਿਸ ਦਿਨ ਦਾ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਜਸਟਿਨ ਟਰੂਡੋ ਨੇ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਆਪਣੇ ਪਾਰਲੀਮੈਂਟ ਨੂੰ ਇਹ ਗੱਲ ਕਹੀ ਹੈ ਕਿ ਇੰਡੀਆ ਦਾ ਉਹਨਾਂ ਦੇ ਨਾਗਰਿਕ ਭਾਈ ਨਿੱਜਰ ਦੇ ਕਤਲ ਦੇ ਵਿੱਚ ਲਿੰਕ ਹੈ। ਉਸ ਦਿਨ ਤੋਂ ਪੂਰੀ ਦੁਨੀਆ ਦੇ ਵਿੱਚ ਇੱਕ ਪੋਲੀਟੀਕਲ ਸਟਰੋਮ ਆਇਆ ਹੋਇਆ, ਇੱਕ ਰਾਜਨੀਤਿਕ ਤੂਫਾਨ ਆਇਆ ਹੋਇਆ। ਅਸੀਂ ਇਹ ਗੱਲ ਮੀਡੀਆ ਦੇ ਰਾਹੀਂ ਕਹਿਣਾ ਚਾਹੁੰਦੇ ਹਾਂ, ਜਸਟਿਨ ਟਰੂਡੋ ਦਾ ਧੰਨਵਾਦ ਕਰਦੇ ਹਾਂ, ਉਹਨਾਂ ਦੀ ਮਿਨਿਸਟਰੀ ਦਾ ਧੰਨਵਾਦ ਕਰਦੇ ਹਾਂ, ਕੈਨੇਡਾ ਦੇ ਲੋਕਾਂ ਦਾ ਧੰਨਵਾਦ ਕਰਦੇ ਹਾਂ ਅਤੇ ਉਹਨਾਂ ਦੀ ਓਪੋਜੀਸ਼ਨ ਦਾ ਵੀ ਧੰਨਵਾਦ ਕਰਦੇ ਹਾਂ, ਚਾਹੇ ਉਹ ਸਾਡੇ ਹੱਕ ਵਿੱਚ ਨੇ ਚਾਹੇ ਸਾਡੇ ਵਿਰੋਧ 'ਚ ਬੋਲ ਰਹੇ ਨੇ।